ਪਿਓਰੀ ਰੋਡ ਤੇ ਬਣੇ ਨਿਊ ਪਿਓਰੀ ਮਾਈਨਰ ਦੇ ਨਾਲ ਦੌਲਾ ਮਾਈਨਰ ਦਾ ਰਕਬਾ ਜੋੜੇ ਜਾਣ ਅਤੇ ਸਿੰਚਾਈ ਵਿਭਾਗ ਦੀਆਂ ਮਨਮਾਨੀਆਂ ਵਿਰੁੱਧ ਪਿੰਡ ਪਿਓਰੀ ਦੇ ਕਿਸਾਨਾਂ ਵੱਲੋਂ ਵਿਭਾਗ ਵਿਰੁੱਧ ਨਾਰੇਬਾਜ਼ੀ ਕਰਦਿਆਂ ਕਿਸਾਨਾਂ ਨੂੰ ਆਪਸ ਵਿੱਚ ਲੜਾਉਣ ਦੇ ਦੋਸ਼ ਲਾਏ। ਉਹਦੇ ਸੰਬੰਧਿਤ ਸਰ ਐਂ ਆ ਵੀ ਪਹਿਲਾਂ 1100 ਏਕੜ ਨੂੰ ਪਾਣੀ ਉੱਧਰੋਂ ਲੱਗ ਰਿਹਾ ਸੀ ਆਪਣੇ ਦੌਲਾ ਕੱਸੀ ਤੋਂ, ਫਿਰ ਹੁਣ ਦੌਲਾ ਕੱਸੀ ਵਾਲਾ ਰਕਬਾ ਟ੍ਰਾਂਸਫਰ ਹੋ ਕੇ ਨਿਊ ਪਿਓਰੀ 'ਤੇ ਚਲਾ ਗਿਆ। ਬਾਈ ਰੂਲ ਉੱਧਰੋਂ ਹੁਣ 2200 ਏਕੜ ਨੂੰ ਨਿਊ ਪਿਓਰੀ 'ਚੋਂ ਪਾਣੀ ਹੋਰ ਲੱਗਣਾ ਚਾਹੀਦਾ ਹੈ, ਹੁਣ ਤੱਕ ਲੱਗ ਨਹੀਂ ਰਿਹਾ ਸੀ ਅਤੇ ਹੁਣ ਮੈਨੇ ਉਹ ਆਪਦੇ ਰੂਲ ਅਕੋਰਡਿੰਗ ਟੂ ਰਿਕਾਰਡਸ ਨੂੰ ਅਮੈਂਡ ਕੀਤਾ ਕਰਵਾਇਆ, ਜਿਹੜੀ ਦੋਨੋਂ ਟੇਲਾਂ ਚੱਲ ਨਹੀਂ, ਇੱਕ ਟੇਲ ਚੱਲ ਰਹੀ ਸੀ, ਹੁਣ ਦੋਵੇਂ ਟੇਲਾਂ ਚਲਾਈਆਂ ਨੇ। ਇਹ ਕੱਸੀ 1912 ਵਿੱਚ ਬਣਿਆ, 2012 'ਚ ਬਣੀ ਸੀਗੀ, ਬਾਦ ਸਾਹਿਬ ਨੇ ਬਣਾਈ ਸੀ 2200 ਏਕੜ ਵਾਸਤੇ। ਇਹਨੇ ਪਾਣੀ ਨਹੀਂ ਪੂਰਾ ਕੀਤਾ, ਫਿਰ ਬਾਦ ਸਾਹਿਬ ਨੇ ਦੋਨੇ ਚਲਾ ਦਿੱਤੀਆਂ, ਦੌਲਾ ਪਿੰਦਰ ਅਤੇ ਪਿਓਰੀ ਪਿੰਦਰ। 4-3 ਸਾਲ ਅਕਾਲੀ ਰਾਜ ਚੱਲਦੀ ਰਹੀ, 1 ਸਾਲ ਕਾਂਗਰਸ ਨਾਲ ਚੱਲਦੀ ਰਹੀ। ਹੁਣ ਕਾਂਗਰਸ ਨੇ ਦਬਾਅ ਪਾ ਕੇ ਅਤੇ ਦੌਲਾ ਪਿੰਦਰ ਤਾਂ ਬੰਦ ਕਰਾਤੀ, ਇਹ ਸਾਰੇ 'ਚ ਬਣਦੇ ਆ। ਅਸੀਂ ਕਿਹਾ ਸੀ ਵੀ ਇਹਦਾ ਹੈਡ ਸਹੀ ਕਰਾ ਦਿਓ, ਮੋਕੇ ਸਹੀ ਕਰਾ ਕੇ ਪਰਚੀਆਂ ਵੰਡ ਦਿਓ, ਸਾਨੂੰ ਕੋਈ ਕਰਾ ਨਾ ਤਾਂ ਹੈਡ ਸਹੀ ਕਰਾਉਂਦੇ ਆ ਨਾ ਉਹ ਪਰਚੀਆਂ ਦਿੰਦੇ ਆ, ਚੱਕ ਕੇ ਕੰਧਾਂ ਕੱਢਤੀਆਂ। ਕਿਹਨੇ ਕਢਵਾਈਆਂ ਕੰਧਾਂ ਜੀ? ਇਹ ਜੀ ਮਹਿਕਮੇ ਨੇ ਕਢਾਈਆਂ, ਇਹ ਦਬਾਅ ਥੱਲੇ ਆ ਕੇ ਅਸੀਂ ਜੋ ਸਾਹਿਬ ਕੱਲ੍ਹ ਆਏ ਸੀ ਉਹ ਕੰਧ ਕਢਾਈ ਗਏ ਇੱਥੇ। ਤੁਸੀਂ ਜੀ ਕੀ ਦਿੱਕਤ ਕੀ ਆਈ ਜਦੋਂ ਤੁਸੀਂ ਐਕਸ਼ਨ ਸਾਹਿਬ ਨੂੰ ਜਾਂ SDO ਸਾਹਿਬ ਨੂੰ ਮਿਲੇ, ਕੀ ਉਹਨਾਂ ਨੇ ਕੀ? ਅਸੀਂ ਪਾਣੀ ਪੂਰਾ ਕਰਕੇ ਪਿੱਛੋਂ ਹੈਡ ਸਹੀ ਕਰਕੇ ਸਾਨੂੰ ਵਾਰਬੰਦੀ ਚਲਾ ਦਿਓ, ਪਾਣੀ ਦੀ ਵਾਰਬੰਦੀ ਹੋ ਜੇ ਤਾਂ ਚੱਲ ਜੇ, ਸਾਨੂੰ ਕੋਈ ਇਤਰਾਜ਼ ਨਹੀਂ। ਉਹ ਤਾਂ ਚੱਲੀ ਤਾਂ ਇਵੇਂ ਚਲਾਵਾਂਗੇ, ਨਹੀਂ ਪਿੱਛੋਂ ਬੰਦ ਕਰਦੇ।